ਸਰ ਸ੍ਰੀ ਗੱਲ ਜੀ ਸਾਰਿਆਂ ਨੂੰ ਹੈਲੋ ਦੋਸਤੋ ਆਈ ਵੈਲਕਮ ਯੂ ਆਲ ਐਟ ਗਿਲਸ ਮੈਂਟਰ ઓਰ ਆਨਲਾਈਨ ਈ-ਲਰਨਿੰਗ ਚੈਨਲ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਗਿਲਸ ਮੈਂਟਰ ਦੇ ਚੈਨਲ ਦੇ ਉੱਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਾਡਾ ਪੀਐਸਪੀਸੀਐਲ ਦਾ ਫ੍ਰੀ ਕ੍ਰੈਸ਼ ਕੋਰਸ ਚੱਲ ਰਿਹਾ ਹੈ ਤੇ ਇਸ ਕ੍ਰੈਸ਼ ਕੋਰਸ ਨੂੰ ਤੁਸੀਂ ਵੱਧ ਤੋਂ ਵੱਧ ਜੁਆਇਨ ਕਰਨਾ ਹੋਇਆ ਤਾਂ ਕਿ ਉਹਨਾਂ ਬੱਚੇ ਤੱਕ ਵੀ ਪਹੁੰਚ ਸਕੇ ਜੋ ਕਿ ਪੇਡ ਕੋਚਿੰਗ ਨਹੀਂ ਲੈ ਪਾਉਂਦੇ ਠੀਕ ਹੈ ਜੀ ਇਹਦੇ ਅਗਰ ਤੁਸੀਂ ਚਾਹੁੰਦੇ ਹੋ ਫ੍ਰੀ ਪੀਡੀਐਫ ਨੋਟਸ ਪਾਉਣਾ ਤਾਂ ਤੁਸੀਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਉਤੇ ਤੁਹਾਨੂੰ ਕੀ ਹਰ ਲੈਕਚਰ ਦੇ ਫ੍ਰੀ ਪੀਡੀਐਫ ਨੋਟਸ ਮਿਲਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਹਰ ਨਵੇਂ ਲੈਕਚਰ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਵੇਰੇ ਦੇ 11 ਵਜੇ ਨੇ ਤੇ ਸਵੇਰੇ 11 ਵਜੇ ਆਪਣਾ ਕੀ ਹੁੰਦਾ ਵਾ ਜੀਕੇ ਦਾ ਲੈਕਚਰ ਅੱਜ ਆਪਣਾ ਕੀ ਜੀਕੇ ਦਾ 13th ਲੈਕਚਰ ਹੈਗਾ ਵਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਪਹਿਲੇ 12 ਲੈਕਚਰ ਜ਼ਰੂਰ ਦੇਖਿਆ ਹੋਣਗੇ ਅੱਜ ਇੱਕ ਸਰ ਨੇ ਵੀਡੀਓ ਬਣਾਈ ਸੀ ਜਿਹਦੇ ਵਿੱਚ ਪੂਰੀ ਤੁਹਾਨੂੰ ਪਲੈਨਿੰਗ ਦੱਸੀ ਗਈ ਹੈ ਪੀਐਸਪੀ ਸੈਲ ਦੀ ਮੈਂ ਉਮੀਦ ਕਰਦੀ ਹਾਂ ਤੁਸੀਂ ਉਹ ਵੀਡੀਓ ਜ਼ਰੂਰ ਦੇਖੀ ਹੋ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਪਹਿਲੇ 12 ਲੈਕਚਰ ਤੁਸੀਂ ਕਿੱਥੋਂ ਦੇਖ ਸਕਦੇ ਹੋ ਉੱਥੇ ਸਰ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਹੋਇਆ ਹੈ ਠੀਕ ਹੈ ਜੀ ਲੈਕਚਰ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਤਾ ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਏਸ਼ੀਅਨ ਗੇਮਸ ਦਾ ਟਾਪਿਕ ਅਸੀਂ ਕੀ ਹੈ ਅੱਜ ਏਸ਼ੀਅਨ ਗੇਮਸ ਕਰਨ ਜਾ ਰਹੇ ਹਾਂ 올림픽 ਗੇਮਸ ਕੀ ਅਸੀਂ ਕਰ ਚੁੱਕੇ ਹੋਏ ਹਾਂ ਪਿਛਲੇ ਲੈਕਚਰ ਦੇ ਵਿੱਚ ਪਿਛਲੇ ਤੋਂ ਪਿਛਲੇ ਜਿਹੜਾ ਜੀਕੇ ਦਾ 11th ਲੈਕਚਰ ਸੀਗਾ ਜੀਕੇ ਦੇ 11th ਲੈਕਚਰ ਵਿੱਚ ਅਸੀਂ 올림픽 ਗੇਮਸ ਦੀ ਡਿਸਕਸ਼ਨ ਕੀਤੀ ਸੀ ਅੱਜ ਆਪਾਂ ਕਰਨ ਜਾ ਰਹੇ ਆ ਏਸ਼ੀਅਨ ਗੇਮਸ ਤੇ ਡਿਸਕਸ਼ਨ ਐਦਾਂ ਹੀ ਆਪਾਂ ਕੀ ਟੌਪਿਕ ਵਾਈਜ਼ ਡਿਸਕਸ਼ਨ ਕਰਦੇ ਆਵਾਂਗੇ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਤੁਸੀਂ ਕਿਹਾ ਕਿ ਮੈਮ ਟੌਪਿਕ ਵਾਈਜ਼ ਕਰਾਓ ਤੇ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਆਪਾਂ ਸ਼ੁਰੂ ਕੀਤਾ ਤੇ ਏਸ਼ੀਅਨ ਗੇਮਸ ਦਾ ਪਹਿਲਾ ਕੁਐਸਚਨ ਇਨ ਵਿਚ ਸਿਟੀ ਹੈਵ ਦਾ ਏਸ਼ੀਅਨ ਗੇਮਸ ਬੀਨ ਹੈਲਡ ਦਾ ਮੋਸਟ ਨੰਬਰ ਆਫ ਟਾਈਮ ਕਿਹੜੀ ਸਿਟੀ ਵਿੱਚ ਏਸ਼ੀਅਨ ਗੇਮਸ ਸਭ ਤੋਂ ਜ਼ਿਆਦਾ ਵਾਰੀ ਖੇਡੇ ਗਏ ਨੇ ਕੀ ਪੁੱਛੀ ਗਈ ਸਿਟੀ ਜਿੱਥੇ ਏਸ਼ੀਅਨ ਗੇਮ ਸਭ ਤੋਂ ਵੱਧ ਖੇਡੇ ਗਏ ਨੇ ਨਿਊ ਦਿੱਲੀ ਟੋਕੀਓ ਬੈਂਕਾਕ ਸਿਓਲ ਹਾਂਜੀ ਕਿੱਥੇ ਖੇਡੇ ਗਏ ਨੇ ਬੈਂਕਾਕੋਗ ਦੇ ਵਿੱਚ ਮੈਂ ਥਾਈਲੈਂਡ ਵਿੱਚ ਕੀ 에ਸ਼ੀਅਨ ਗੇਮਸ ਸਤੋ ਵੱਧ ਵਾਰੀ ਖੇਲੇ ਗਏ ਨੇ ਕਿੰਨੀ ਵਾਰੀ ਖੇਲੇ ਗਏ ਨੇ 4 ਵਾਰੀ 4 ਵਾਰੀ ਕੀ ਬੈਂਕਾਕੋਗ ਦੇ ਵਿੱਚ ਖੇਲੇ ਗਏ ਨੇ ਕਦੋਂ ਕਦੋਂ 1966 ਦੇ ਵਿੱਚ 1970 ਦੇ ਵਿੱਚ 1978 ਦੇ ਵਿੱਚ ਤੇ 1998 ਦੇ ਵਿੱਚ ਠੀਕ ਹੈ ਇਹ ਯਾਦ ਰੱਖਣਾ ਚਾਰੋ ইয়ারਸ ਨੂੰ ਕਿਹੜੀ ਵਾਰੀ ਆ ਜਾਂਦਾ ਇਨ ਵਿਚ ইয়ার ਦ 에ਸ਼ੀਅਨ ਗੇਮਸ ਵਰ ਹੈਲਡ ਇਨ ਬੈਂਕਾਕੋਗ ਤਾਂ ਤੁਹਾਨੂੰ ਅਗਰ 4 ਇਅਰਸ ਪਤਾ ਹੋਣਗੇ ਤਾਂ ਤੁਸੀਂ ਇਜ਼ੀਲੀ ਦੱਸ ਸਕਦੇ ਹੋ ਬੈਂਕਾਕਾਂਗ ਵਿੱਚ ਕਿਹੜੇ ਸਾਲ ਵਿੱਚ ਹੋਏ ਸੀ ਠੀਕ ਹੈ ਦੇਖੋ 66 ਵਿੱਚ ਫਿਰ 70 ਦੇ ਵਿੱਚ 70 ਦੇ ਵਿੱਚ ਤੁਹਾਨੂੰ ਕੀ ਪਤਾ ਏਸ਼ੀਅਨ ਗੇਮਸ ਕੀ ਹੈ 4 ਸਾਲਾ ਬਾਅਦ ਹੁੰਦੇ ਨੇ ਠੀਕ ਹੈ 66 ਤੇ 70 ਇਹ ਕਿ ਹੋ ਗਏ ਇਕੱਠੇ-ਇਕੱਠੇ ਮਤਲਬ ਦੋ ਵਾਰ ਕੌਨਸੈਕੂਟਿਵ ਟਾਈਮ ਬੈਂਕਾਕਾਂਗ ਦੇ ਵਿੱਚ ਹੋਏ ਫਿਰ 78 ਫਿਰ ਵੀਜ਼ਾ ਾਲਾਵਾ 1998 ਦੇ ਵਿੱਚ ਹੋਏ ਬੈਂਕਾਕਾਂਗ ਦੇ ਵਿੱਚ ਨੈਕਸਟ ਕੁਐਸਚਨ Where are the headquarters of Olympic Council of Asia? ਕਿਦੇ ਹੈਡਕਵਰਟਰਸ ਪੁੱਛੇ ਨੇ Olympic Council of Asia ਦੇ। ਇਹ ਕੀ ਹੈ? ਇਹ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ Asian Games ਨੂੰ ਕੀ ਹੈ? ਆਰਗੇਨਾਈਜ਼ ਕਰਵਾਂਦੀ ਹੈ। ਠੀਕ ਹੈ? Asian Games ਨੂੰ ਆਰਗੇਨਾਈਜ਼ ਕਿਹੜੀ ਕੌਣ ਕਰਾਂਦਾ ਹੈ? Olympic Council of Asia ਕਰਵਾਂਦੀ ਹੈ। ਤੇ ਕਿੱਥੇ ਹੈਡਕਵਰਟਰਸ ਕਿੱਥੇ ਨੇ? ਬੈਂਜਿੰਗ, ਨਿਊ ਦਿੱਲੀ, ਟੋਕੀਓ, ਕੁਵੇਤ ਸਿਟੀ। ਹਾਂਜੀ ਕਿੱਥੇ ਨੇ? ਕੁਵੇਤ ਸਿਟੀ ਦੇ ਵਿੱਚ ਕਿਨੇ ਹੈਡਕਵਰਟਰਸ ਨੇ Olympic Council of Asia ਦੇ ਹੈਡਕਵਰਟਰਸ ਦੇ। ਇਨ ਵਿਚ ਇਅਰ ਵਾਸ ધ ਏਸ਼ੀਅਨ ਗੇਮਸ ਹੈਲਡ ਫਾਰ ધ ਫਰਸਟ ਟਾਈਮ ਬਹੁਤ ਇੰਪੋਰਟੈਂਟ ਹੈ ਇਸੇ ਸਾਲ ਇੱਕ ਪ੍ਰੀਵੀਅਸ ਇਅਰ ਦੇ ਕਿਸੇ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਚੁੱਕਾ ਹੋਇਆ ਹੈ ਏਸ਼ੀਅਨ ਗੇਮਸ ਪਹਿਲੀ ਵਾਰ ਕਿਹੜੇ ਸਾਲ ਚ ਖੇਡੇ ਗਏ ਸੀ 1936 1982 1951 1948 ਹਾਂਜੀ ਕਿਹੜੇ ਸਾਲ ਵਿੱਚ ਏਸ਼ੀਅਨ ਗੇਮਸ ਪਹਿਲੀ ਵਾਰ ਖੇਡੇ ਗਏ ਸੀ 1951 ਵਿੱਚ ਏਸ਼ੀਅਨ ਗੇਮਸ ਪਹਿਲੀ ਵਾਰ ਕਿੱਥੇ ਖੇਡੇ ਗਏ ਸੀ 1951 ਵਿੱਚ ਕਿੱਥੇ ਹੋਏ ਸੀਗੇ ਨਿਊ ਦਿੱਲੀ ਵਿੱਚ ਇੰਪੋਰਟੈਂਟ ਕਿਉਂ ਹੋ ਜਾਂਦਾ ਹੈ ਕਿਉਂਕਿ ਇਹ ਕਿੱਥੇ ਹੋਏ ਸੀ ਇੰਡੀਆ ਦੇ ਵਿੱਚ ਹੋਏ ਸੀ ਠੀਕ ਹੈ ਕਿੱਥੇ ਹੋਏ ਸੀ ਨਿਊ ਦਿੱਲੀ ਵਿੱਚ ਉਸ ਤੋਂ ਬਾਅਦ ਦੁਬਾਰਾ ਕਦੋਂ ਇੰਡੀਆ ਵਿੱਚ ਹੋਏ ਸੀ 1982 ਵਿੱਚ ਹੋਏ ਸੀ ਠੀਕ ਹੈ ਦੋਨੋਂ ਇਅਰ ਯਾਦ ਰੱਖਨੇ 51 ਤੇ 82 ਕਿਉਂਕਿ ਕਿ ਇਹ ਇੰਡੀਆ ਦੇ ਵਿੱਚੋਂ ਹੋਏ ਸੀ ਤੇ ਇਸ ਲਈ ਕੀ ਹੋ ਜਾਂਦਾ ਇੰਪੋਰਟੈਂਟ ਹੋ ਜਾਂਦੀਆਂ ਨੇ ਪੇਪਰ 'ਚ ਆਇਆ ਸੀ ਜਿਵੇਂ ਮੈਂ ਤੁਹਾਨੂੰ ਬੈਂਕਿੰਗ ਦਾ ਦੱਸਿਆ ਅਮੰਗ ਵਿਚ ਆਫ ਦਾ ਫਾਲੋਇੰਗ ਇਅਰ ਨੀ ਕੁਐਸਚਨ ਸੀਗਾ ਇਨ 1982 ਏਸ਼ੀਅਨ ਗੇਮਸ ਵਰ ਹੈਲਡ ਇਨ ਵਿਚ ਕੰਟਰੀ है? ठीक है in 1982, in Fourth, 2018 तो कितने हुए थे ऑप्शन ज इंडिया से करके इंडिया हुई स इस करके क्वेश्चन की सी इंपोर्टेंट हो गया ठीक है एक्शन आया इस नाइनटीन एटी टू इन विच कंट्री एशियन गेम्स वर हैल्ड दैट इज इंडिया फोरथ वियर वर द टू थाउजेंड एटीन एशियन गेम्स हैल्ड फोर हूँ थोड़े लिए ऐशियन गेम्स पढ़ना जरूरी की है जो कि दो हज़ार अठारह में होना दो हज़ार उन्नी भी उन्नी चलता पाया ठीक है उदी भी सितंबर चल रही है पेपर अपना आना वै दिसंबर दे अराउंड ठीक है ਦਸੰਬਰ ਤੇ ਜਾਂ ਜਨਵਰੀ ਦੇ ਅਰਾਊਂਡ ਕੀ ਆਪਣਾ ਐਗਜ਼ਾਮ ਆਏਗਾ ਠੀਕ ਹੈ ਜਿੱਥੇ ਤੱਕ ਐਸਟੀਮੇਸ਼ਨ ਲਗਾਇਆ ਜਾ ਰਿਹਾ ਹੈ ਪਰ 2018 ਦੇ ਏਸ਼ੀਅਨ ਗੇਮਸ ਕਿਉਂ ਇੰਪੋਰਟੈਂਟ ਹੈ ਕਿਉਂਕਿ ਕੀ ਹੈ 4 ਸਾਲ ਬਾਅਦ ਏਸ਼ੀਅਨ ਗੇਮਸ ਹੁੰਦੇ ਨੇ ਹੁਣ ਨੈਕਸਟ ਏਸ਼ੀਅਨ ਗੇਮਸ ਕਦੋਂ ਹੋਣਗੇ 2022 ਦੇ ਵਿੱਚ ਅਗਲੇ ਏਸ਼ੀਅਨ ਗੇਮਸ ਹੋਣੇ ਆ ਠੀਕ ਹੈ ਤੁਹਾਡੇ ਪੇਪਰ ਤੋਂ ਪਹਿਲੇ ਪਹਿਲੇ ਕੀ ਹੈ ਪੇਪਰ ਤੋਂ ਪਹਿਲੇ ਕੋਈ ਵੀ ਏਸ਼ੀਅਨ ਗੇਮਸ ਜਿਹੜਾ ਰੀਸੈਂਟ ਏਸ਼ੀਅਨ ਗੇਮਸ ਨੇ ਉਹ ਕਿਹੜੇ ਨੇ 2018 ਵਾਲੇ ਇਸ ਲਈ ਕੀ ਹੈ 2018 ਤੁਹਾਡੇ ਇੰਪੋਰਟੈਂਟ ਪੇਪਰ ਲਈ ਜ਼ਰੂਰੀ ਹੋ ਜਾਂਦਾ ਵਾ ਜਿਵੇਂ ਪਿਛਲੇ ਪੇਪਰਾਂ ਵਿੱਚ 2016 ਦੇ 올림픽 ਦੇ ਨਾਲ ਰਿਲੇਟਿਡ ਵੀ ਕੁਐਸਚਨ ਆਇਆ ਹੋਇਆ ਹੈ। ਠੀਕ ਹੈ। 2018 ਦੇ ਏਸ਼ੀਅਨ ਗੇਮਸ ਕਿੱਥੇ ਘਟੇਗੇ ਸੀ? ਮਨੀਲਾ, ਦੋਹਾ, ਬੈਂਕੌਂਗ, ਜਕਾਰਤਾ। ਕਿੱਥੇ ਘਟੇਗੇ ਸੀ? ਜਕਾਰਤਾ ਵਿੱਚ। दैट इज ਇੰਡੋਨੇਸ਼ੀਆ ਵਿੱਚ। ਜਕਾਰਤਾ ਇੰਡੋਨੇਸ਼ੀਆ ਵਿੱਚ ਆਪਣੇ 2018 ਦੇ ਏਸ਼ੀਅਨ ਗੇਮਸ ਹੋਏ ਸੀਗੇ। ਹੂ ਆਫ ਦਾ ਫਾਲੋਇੰਗ ਇਜ਼ ਦਾ ਫਰਸਟ ਇੰਡੀਅਨ वूमेन ਟੂ ਵਿਨ ਅ ਗੋਲਡ ਮੈਡਲ ਐਟ ਦਾ ਏਸ਼ੀਅਨ ਗੇਮਸ? ਪਹਿਲੀ ਇੰਡੀਅਨ ਊਮਨ ਦਾ ਨਾਮ ਦੱਸੋ ਜਿਨਨੇ ਏਸ਼ੀਅਨ ਗੇਮਜ਼ ਵਿੱਚ 골ਡ ਮੈਡਲ ਜਿੱਤਿਆ ਸੀ ਕਿਹੜੀ ਪਹਿਲੀ ਇੰਡੀਅਨ ਊਮਨ ਸੀਗੀ ਜਿਨਨੇ 골ਡ ਮੈਡਲ ਜਿੱਤਿਆ ਸੀ ਏਸ਼ੀਅਨ ਗੇਮਜ਼ ਵਿੱਚ ਪੀਟੀ 우ਸ਼ਾ ਕਨਮਲੇਸ਼ਵਰੀ ਕਮਲਜੀਤ ਸੰਧੂ ਸਾਨਿਆ ਮਿਰਜ਼ਾ ਕਿੰਨੇ 골ਡ ਮੈਡਲ ਜਿੱਤਿਆ ਸੀ ਕਿੰਨੇ ਜਿੱਤਿਆ ਸੀ ਕਮਲਜੀਤ ਸੰਧੂ ਇਹ ਕੌਣ ਹੈ ਐਥਲੀਟ ਹੈ ਪੰਜਾਬ ਦੇ ਐਥਲੀਟ ਹੈ ਠੀਕ ਹੈ ਕਿੱਥੋਂ ਦੇ ਬਿਲੋਂਗ ਕਰਦੇ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਇਸ ਲਈ ਕੀ ਹੈ ਇਕੁਏਸ਼ਨ ਹੋਰ ਇੰਪੋਰਟੈਂਟ ਬਣ ਜਾਂਦਾ ਹੈ ਕਿਉਂਕਿ ਕਿ ਇਹ ਪੰਜਾਬ ਦੇ ਨਾਲ ਰਿਲੇਟਡ ਇੱਕ ਫੇਮਸ ਪਰਸਨੈਲਿਟੀ ਦਾ ਕੁਐਸਚਨ ਬਣ ਜਾਂਦਾ ਹੈ ਠੀਕ ਹੈ ਜੀ ਕੌਣ ਦੀ ਪਹਿਲੀ ਇੰਡੀਅਨ ਊਮਨ ਸੀ ਜਿਨ੍ਹਾਂ ਨੇ ਏਸ਼ੀਅਨ ਗੇਮਸ ਵਿੱਚ 골ਡ ਮੈਡਲ ਦਿੱਤੇ ਸੀ ਤੇ ਐਥਲੀਟ ਨੇ ਤੇ ਕਿੱਥੋਂ ਬਿਲੋਂਗ ਕਰਦੇ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਇਸ ਲਈ ਆ ਕੁਐਸਚਨ ਤੁਹਾਡੇ ਲਈ ਵੈਰੀ ਇੰਪੋਰਟੈਂਟ ਹੋ ਜਾਂਦਾ ਹੈ ਨੈਕਸਟ ਹਾਊ ਮੈਨੀ ਟਾਈਮਸ ਹੈਜ਼ ਇੰਡੀਆ ਵਰਨ ਦ 골ਡ ਮੈਡਲ ਇਨ ਮੈਨਸ ਹੋਕੀ ਐਟ ਦ ਏਸ਼ੀਅਨ ਗੇਮਸ ਇੰਡੀਆ ਨੇ ਕਿੰਨੀ ਵਾਰੀ ਕੀ 골ਡ ਮੈਡਲ ਜਿੱਤਿਆ ਵੈ ਹੋਕੀ ਦੇ ਵਿੱਚ ਮੈਨਸ ਹੋਕੀ ਦੇ ਵਿੱਚ ਏਸ਼ੀਅਨ ਗੇਮਸ ਵਿੱਚ ਇੰਡੀਆ ਨੇ ਕਿੰਨੀ ਵਾਰੀ 골ਡ ਮੈਡਲ ਜਿੱਤਿਆ 2 3 4 5 ਕਿੰਨੇ ਵਾਰੀ ਜਿੱਤਿਆ 3 ਵਾਰੀ ਜਿੱਤਿਆ ਵੈ 골ਡ ਮੈਡਲ ਮੈਨਸ ਹੋਕੀ ਦੇ ਵਿੱਚ ਨੈਕਸਟ ਵਿਚ ਇੰਡੀਅਨ ਐਥਲੀਟ ਹੋਲਡਸ ਦ ਏਸ਼ੀਅਨ ਗੇਮਸ ਰਿਕਾਰਡ ਫॉर 1500 ਮੀਟਰ ਰੇਸ ਦੈਟ ਸ਼ੀ ਐਸਟੈਬਲਿਸ਼ਡ ਇਨ 2002 ਕਉਣ ਉਸ ਇੰਡੀਅਨ ਐਥਲੀਟ ਦਾ ਨਾਮ ਦੱਸੋ ਜਿਨੇ ਰਿਕਾਰਡ ਸੈੱਟ ਕੀਤਾ ਸੀ 1500 ਮੀਟਰ ਰੇਸ ਦੇ ਵਿੱਚ 2002 ਵਿੱਚ ਜਿਹੜੇ 2002 ਦੇ ਏਸ਼ੀਅਨ ਗੇਮ ਦੇ ਵਿੱਚ ਕਿਹੜੀ ਇੰਡੀਅਨ ਊਮਨ ਨੇ ਰਿਕਾਰਡ ਸੈੱਟ ਕੀਤਾ ਸੀ 1500 ਮੀਟਰ ਰੇਸ ਵਿੱਚ ਪੀਟੀ ਊਸ਼ਾ ਟਿੰਟੂ ਲੁਕਾ ਸੁਨੀਤਾ ਰਾਣੀ ਸ਼ਾਇਨਾ ਇਬਰਾਹਿਮ ਹਾਂ ਜਿਨੇ ਰਿਕਾਰਡ ਸੈੱਟ ਕੀਤਾ ਸੀ ਸੁਨੀਤਾ ਰਾਣੀ ਨੇ ਠੀਕ ਹੈ ਸੁਨੀਤਾ ਰਾਣੀ ਕੋਹਣਾ ਐਥਲੀਟ ਹੁਣ ਜਿਹਦੇ ਜਿਵੇਂ ਆਪਾਂ ਗੇਮਸ ਨੂੰ ਆਪਾਂ ਡਿਸਕਸ ਕਰ ਰਹੇ ਆ ਉਹਦੇ ਨਾਲ ਤੁਹਾਡਾ ਕੀ ਫੇਮਸ ਪਰਸਨੈਲਿਟੀਆਂ ਤੇ ਉਹ ਕਿਹੜੀ ਗੇਮ ਤੋਂ ਬਿਲੋਂਗ ਕਰਦੇ ਨੇ ਉਹ ਵੀ ਕਵਰ ਹੋ ਰਿਹਾ ਹੈ ਚੀਜ਼ਾਂ ਠੀਕ ਹੈ ਇੱਕੋ ਹੀ ਇਹ ਕੁਸ਼ਣ ਹੈ ਪਰਸਨਲ ਫੇਮਸ ਜਿਹੜੀ ਸਪੋਰਟਸ ਪਰਸਨੈਲਿਟੀ ਹੈ ਕਿਹੜੀ ਗੇਮ ਤੋਂ ਬਿਲੋਂਗ ਕਰਦੇ ਨੇ ਕਿਉਂਕਿ ਕੀ ਉਹ ਵੀ ਕੁਸ਼ਣ ਆਂਦਾ ਹੈ ਠੀਕ ਹੈ ਉਹ ਵੀ ਨਾਲ ਨਾਲ ਤੁਹਾਡੇ ਆਪਾਂ ਕਵਰ ਕਰੀ ਜਾ ਰਹੇ ਹਾਂ ਲੈਕਚਰ ਨੂੰ ਸ਼ੇਅਰ ਕਰ ਦਿਓ ਬਹੁਤ ਘੱਟ ਬੱਚੇ ਨੇ ਕਿੱਥੇ ਸੁੱਤੇ ਆ ਨੀ ਵੰਦ 11 11 ਵਜੇ ਤੱਕ ਉੱਡ ਜਾਇਆ ਕਰੋ ਆਪਣੇ ਫਰੈਂਡਸ ਨੂੰ ਸ਼ੇਅਰ ਕਰਦੇ ਆ ਕਰੋ ਨੈਕਸਟ ਹਾਊ ਮੈਨੀ ਕੰਟਰੀਜ਼ ਪਾਰਟਿਸਿਪੇਟਿਡ ਇਨ 2018 ਨੇਸ਼ਨ ਗੇਮਸ किन्नी कंट्रज़ ने दो हज़ार अठारह के एशियन गेम्स में पार्टीसपेट किया किंट्र ने दो हज़ार अठारह के एशियन गेम्स पार्टीसपेट किया किन किया कि फोर्टी फाइव कंट्र ने कि ने फोर्टी फाइव कंट्रीज ने दो हज़ार अठारह के एशियन गेम्स में पार्टिसपेट किया ठीक है नैक्सट क्वेश्चन नाइन्थ क्वेश्चन हाउ मेनी एडिशन ऑफ एशियन गेम्स हैव बिन ऑर्गनाइज सो फार किन्ने एशियन गेम्स अजे तक हो चुके हाँ जी कि एशियन गेम्स हो चुके हुए ने हाँ जी दसो सतार अठारह फिफ्टी थ्री थर्टी नाइन सैवनटीन एटीन फिफ्टी थ्री थर्टी नाइन किन्ने एशियन गेम्स हो चुके ने? एटीन खुद दो हज़ार अठारह चो जिन्हें दो हज़ार अठारह चाहिए किन्नवा से अठारवा एशियन गेम्स ठीक है किन्नवा अठारव ਏਸ਼ੀਅਨ ਗੇਮਸ ਕਿਹਦੇ ਆਜੇਗਾ 18th ਏਸ਼ੀਅਨ ਗੇਮਸ ਹੈਲਡ ਇਨ 18th ਏਸ਼ੀਅਨ ਗੇਮਸ ਕਿੱਥੇ ਹੋਇਆ ਇੰਡੋਨੇਸ਼ੀਆ ਜਗਾਰਤਾ ਵਿੱਚ ਇਹ ਵੀ ਯਾਦ ਰੱਖਣਾ ਠੀਕ ਹੈ ਕੁਸ਼ਨ ਇਦਾਂ ਵੀ ਆ ਜਾਂਦਾ 18th 2022 ਵਿੱਚ ਜਿਹੜਾ ਹੋਏਗਾ ਕਿੰਨਾ ਹੋਏਗਾ 19th what is what was the motto ਇਸ ਨਹੀਂ ਆਏਗਾ 얘ਤੇ what was the motto of the 18th asian games ਦੇਖੋ 18th asian games ਇਹ ਕਿਵੇਂ ਪਤਾ ਹੋਏਗਾ ਜੇ ਤੁਹਾਨੂੰ ਪਤਾ ਹੋਏਗਾ 2018 ਦੇ ਏਸ਼ੀਅਨ ਗੇਮਸ ਨੂੰ ਕੀ ਕੀ ਕਿਹਾ ਜਾਂਦਾ 18th asian games किया जाता है मोटो क्या यूनाइट द एशिया बैटर फ्यूचर फॉर एशिया एनर्जी ऑफ एशिया स्ट्रग एंड यूनाइटेड एशिया हाँ जी की इनर्जी ऑफ एशिया सी ऑप्शन इज द करेक्ट एनर्जी ऑफ एशिया की सी मोटो एटीन एशियन गेम्स का वॉट इज द मैस्कोट ऑफ द एटीन ऐशियन गेम्स वैसकोट की अठारहवें एशियन गेम्स मतलब दो हजार अठारह के एशियन गेम्स मैस्कोट की सी? थानू मैस्कॉट बारे मैं ओलंपिक गेम्स के लैक्चर समझाता सैस्कॉट की होंगे वै की जी की सी मैस्कॉट डी ऑप्शन दैट इज बिन बिन द बर्ड ऑफ पैराडाइज एटिंग द ईयर आईका द रानो रईनो सॉरी आईका द रान ठीक है यह की सी मोटो अपना एटीनथ एशियन गेम्स का याद रखने तीनों चीज चीजा सगियाँ अगर ऑप्शन च एक भी होएगा तो एक करेक्ट ਕਰ ਦੇਣਾ ਬਾਕੀ ਦੋ ਨਹੀਂ ਅਗਰ ਤਿੰਨੋਂ ਨਹੀਂ ਲੱਭਣ ਬਹਿ ਜਣੇ ਉੱਥੇ ਠੀਕ ਹੈ ਦੇਖੋ ਇਹ ਦੇਖੋ ਬਿੰਬਿੰਦ the bird of paradise attend the de, deer aika the de, rhino have been chosen for the mascot these three represent ਇਹ ਤਿੰਨੋਂ ਰਿਪਰੈਜ਼ੈਂਟ ਕੀ ਕਰਦੇ ਸੀ ਈਸਟ ਵੈਸਟ ਐਂਡ द सेंटर ऑफ द कंट्री ਐਂਡ ਦੇ ਹੈਵ ਫਰੈਡ ਡਰੈਸ ਟ੍ਰੈਡੀਸ਼ਨਲੀ ਟੂ ਈਚ ਲੋਕੇਲਿਟੀ ਤਿੰਨ ਕੋ ਸੀ ਈਸਟ ਵੈਸਟ ਸੈਂਟਰ ਆਫ द कंट्री ਨੂੰ ਕੀ ਸੀ ਰਿਪਰੈਜ਼ੈਂਟ ਕਰਦੇ ਸੀ ਐਦਾਂ ਦੇ ਦਿਖਦੇ ਸੀ ਦੇਖੋ ਬਿੰਬਿੰਦ ਐਵੇਂ ਸੀ ਇਹ ਟੈਂਕ ਐ ਨਾਇਕ ਇਹ ਕੀ ਨੇ ਮੈਸਕੋਡ ਰਹਿ ਚੁੱਕੇ ਨੇ 2018 ਦੇ ਏਸ਼ੀਅਨ ਗੇਮਸ ਦੇ ਵਿਚ ਕੰਟਰੀ ਵਿਲ ਆਰਗੇਨਾਈਜ਼ 2022 ਏਸ਼ੀਅਨ ਗੇਮਸ ਹੁਣ ਇੱਥੇ ਕੀ ਆ ਸਕਦਾ 2022 ਏਸ਼ੀਅਨ ਗੇਮਸ ਦੇ 19th ਏਸ਼ੀਅਨ ਗੇਮਸ ਕਿਹੜੀ ਕੰਟਰੀ ਦੁਆਰਾ ਆਰਗੇਨਾਈਜ਼ ਕੀਤੇ ਜਾਣਗੇ ਜਪਾਨ ਇੰਡੀਆ ਕਤਰ ਚਾਈਨਾ ਕਿਹਦੇ ਦੁਆਰਾ ਚਾਈਨਾ ਦੇ ਦੁਆਰਾ ਕਿੱਥੇ ਬੈਂਜਿੰਗ ਦੇ ਵਿੱਚ ਠੀਕ ਹੈ ਕਿੱਥੇ ਹੋਣਗੇ ਸੌਰੀ ਬੈਂਜਿੰਗ ਦੇ ਵਿੱਚ ਨਹੀਂ ਹੈਂਜ਼ਾਉ ਸਿਟੀ ਦੇ ਵਿੱਚ ਕਿੱਥੇ ਹੋਣਗੇ ਬੈਂਜਿੰਗ ਚ ਨਹੀਂ ਹੈਂਕ ਜਾਓ ਸਿਟੀ ਵਿੱਚ ਬੈਂਜਿੰਗ ਚ 올림픽ਸ ਹੋਣਗੇ ਠੀਕ ਹੈ ਕਨਫਿਊਜ਼ ਨਹੀਂ ਹੋਣਾ 올림픽ਸ ਤੇ ਏਸ਼ੀਅਨ ਗੇਮਸ ਦੇ ਵਿੱਚ ਤਿਹ ਤੀਸਰੀ ਵਾਰੀ ਹੈ ਜੋ ਕਿ ਚਾਈਨਾ ਹੋਸਟ ਕਰ ਰਹੀ ਹੈ ਠੀਕ ਹੈ ਜੀ ਹੰਜਾਓ ਸਿਟੀ ਚਾਈਨਾ ਦੇ ਵਿੱਚ ਯਾਦ ਰੱਖਣਾ ਕਈ ਵਾਰੀ ਕੰਟਰੀ ਨਹੀਂ ਸਿਟੀ ਪੁੱਛੀ ਜਾਂਦੀ ਜਿਵੇਂ ਤੁਹਾਨੂੰ ਪਿੱਛੇ ਕੁਐਸਚਨ ਕਰਵਾਇਆ ਜਿੱਥੇ ਜਕਾਰਤਾ ਦੱਸਿਆ ਸੀਗਾ ਨੈਕਸਟ in which event did india win the maximum number of medals at the 2018 asian games ਕਿਹੜੇ ਗੇਮ ਦੇ ਵਿੱਚ ਸਭ ਤੋਂ ਵੱਧ ਮੈਡਲ ਇੰਡੀਆ ਦੇ ਦੁਆਰਾ ਜਿੱਤੇ ਗਏ ਨੇ 2018 ਦੇ ਏਸ਼ੀਅਨ ਗੇਮਸ ਵਿੱਚ ਸ਼ੂਟਿੰਗ ਵਿੱਚ ਐਥਲੀਟਸ ਵਿੱਚ ਆਰਚਰੀ ਬਾਕਸਿੰਗ ਸਭ ਤੋਂ ਵੱਧ ਮੈਡਲ ਇੰਡੀਆ ਨੇ ਕਿਹੜੇ ਇਵੈਂਟ ਵਿੱਚ ਜਿੱਤੇ ਨੇ ਕਿਹੜੀ ਸਪੋਰਟ ਵਿੱਚ ਜਿੱਤੇ ਨੇ ਸੌਰੀ ਇਵੈਂਟ ਵੀ ਇਵੈਂਟ ਕਹਿ ਲਓ ਚਾਹੇ ਸਪੋਰਟ ਕਹਿ ਲਓ ਕਿਹੜੀ ਸਪੋਰਟ ਵਿੱਚ ਜਿੱਤੇ ਨੇ ਐਥਲੀਟਸ ਵਿੱਚ ਐਥਲੈਟਿਕਸ ਵਿੱਚ ਕਿੱਥੇ ਕਿਹਦੇ ਵਿੱਚ ਜਿੱਤੇ ਨੇ ਐਥਲੈਟਿਕਸ ਵਿੱਚ ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਲੈਂਦੇ ਹਾਂ एथलैटिक्स में जीते ने ठीक है बस इन्हें एदे थ अगे जाके मैं दसागी इंडिया ने किन्ने मैडल किन्ने गोल्ड इस क्वेश्चन तो बाद दसागे ठीक है इंडिया इट्स एशियन गेम कैंपेन विथ हाउ मैनी गोल्ड मैडल्स किन्ने गोल्ड मैडल्स से इंडिया ने अपना एशियन गेम जितया मतलब इंडिया के द्वारा किन्ने गोल्ड मैडल जीते गए हैं पंद्रह गोल्ड मैडल जीते गए हैं टोटल मैडल किन्ने पंद्रह गोल्ड मैडल ने पिछला क्वेश्चन की कह रहे, रहे? गे गेम भी सब तो बार मैडल जीते हैं ਐਥਲੈਟਿਕਸ ਵਿੱਚ ਠੀਕ ਹੈ ਹੁਣ ਕਿੰਨੇ ਮੈਡਲ ਜਿੱਤੇ ਨੇ ਦੇਖੋ ਇੰਡੀਆ ਦੇ ਦੁਆਰਾ ਕੀ 69 ਮੈਡਲ ਜਿੱਤੇ ਗਏ ਨੇ 15 골ਡ ਸੀਗੇ ਜੋ ਕਿ ਇੰਡੀਆ ਦੀ ਬੈਸਟ ਐਵਰ ਪਰਫਾਰਮੈਂਸ ਰਹੀ ਹੈ ਠੀਕ ਹੈ ਇੰਡੀਆ ਨੇ 8th ਨੰਬਰ ਤੇ ਏਸ਼ੀਅਨ ਗੇਮਸ ਨੂੰ ਐਂਡ ਕੀਤਾ ਜਦੋਂ ਏਸ਼ੀਅਨ ਗੇਮਸ ਦਾ ਐਂਡ ਹੋਇਆ ਨਾ ਇੰਡੀਆ 8th ਨੰਬਰ ਤੇ ਸੀ ਉਹਦੋਂ ਠੀਕ ਹੈ ਰੈਂਕ ਕਿੰਨਾ ਰਿਹਾ ਇੰਡੀਆ ਦਾ 8 ਨੰਬਰ ਤੇ ਰਿਹਾ ਠੀਕ ਹੈ ਠੀਕ ਹੈ 8th ਨੰਬਰ ਤੇ ਕੀ ਹੈ ਇੰਡੀਆ ਦਾ ਰੈਂਕ ਰਿਆ ਹੋਏਗਾ ਤੇ ਅਸੀਂ ਜਕਾਰਤਾ ਦੇ ਵਿੱਚ ਜੋ ਕਿ ਇੰਡੋਨੇਸ਼ੀਆ ਵਿੱਚ ਕਈ ਵਾਰੀ ਪੈਲਨ ਬੰਗ ਵੀ ਲਿਖਿਆ ਪੈਲਨ ਬੰਗ ਆਏਗਾ ਵੈ ਲਿਖਿਆ ਜਾਂਦਾ ਹੈ ਜਕਾਰਤਾ ਔਰ ਪੈਲਾ ਹੁਆ ਕੁਝ ਇਵੈਂਟਸ ਜਕਾਰਤਾ ਵਿੱਚ ਔਰ ਇਸੇ ਕੁਝ ਪੈਲੰਗ ਬੰਗ ਵਿੱਚ ਪਰ ਜ਼ਿਆਦਾਤਰ ਅਸੀਂ ਜਕਾਰਤਾ ਹੀ ਕਹਿੰਦੇ ਹਾਂ ਹੂ ਇਜ਼ ਦਾ ਓਲੀ ਇੰਡੀਅਨ ਬੌਕਸਰ ਟੂ ਵਿਨ ਦਾ ਗੋਲਡ ਐਟ ਦਾ ਏਸ਼ੀਅਨ ਗੇਮਸ 2018 ਹੁਣ 2018 ਦੇ ਇਕੱਲੇ ਇੱਕ ਬੌਕਸਰ ਦਾ ਨਾਮ ਦੱਸੋ ਜਿੰਨੇ ਗੋਲਡ ਜਿੱਤਿਆ ਸੀ ਇੰਡੀਅਨ ਬੌਕਸਰ ਹੁਣ ਦੇਖੋ ਕੌਣ ਸੀਗਾ ਵਿਕਾਸ ਕ੍ਰਿਸ਼ਨਨ ਅਮਿਤ ਵੰਗਾਇ ਵਜੇਂਦਰ ਸਿੰਘ ਸ਼ਿਸ਼ੀਲ ਕੁਮਾਰ ਇਹ ਤਿੰਨੋਂ ਕੀ ਨੇ ਬਾਕ ਚਾਰੋ ਸੌਰੀ ਚਾਰੋ ਕੀ ਨੇ ਬੌਕਸਰ ਨੇ ਚਾਰਾ ਦੇ ਅਗਰ ਤੁਹਾਨੂੰ ਆਪਸ਼ਨਸ ਦੇਖੋ sport ਆ ਜੀ ਸ਼ਿਸ਼ੀਲ ਕੁਮਾਰ ਬਿਲੋਂਗਸ ਟੂ which sport that is boxing ਵਿਕਾਸ ਕ੍ਰਿਸ਼ਨਨ ਬਿਲੋਂਗਸ ਟੂ which sport that is boxing ਅਥੋ ਤੇ ਸਾਡੇ ਚਾਰ sports ਪਰਸਨੈਲਿਟੀ ਬੌਕਸਿੰਗ ਦੇ ਕਵ ਹੋ ਰਹੇ ਨੇ ਕਵਰ ਹੋ ਰਹੇ ਨੇ ਤਾਂ ਇਹ ਆਪਸ਼ਨਸ ਵੀ ਗੇਮਸ ਵਿੱਚ ਧਿਆਨ ਨਾਲ ਕਰਨੀਆਂ ਨੇ ਠੀਕ ਹੈ ਹੁਣ ਅੰਜੂਸ ਬੌਕਸਰ ਦਾ ਨਾਮ ਦੱਸੋ ਜਿਨੇ ਗੋਲ ਜਿੱਤੇ ਹੋਏ ਅਮਿਤ ਸੰਗਾਲ ठीक है किन्ने जीत है अमित फंगाल ने बॉक्सिंग विच गोल्ड जीत्या हो नेक्स्ट क्वेश्चन हु हैज बिकम द यंगेस्ट शूटर टू विन सिल्वर इन द मेंस डबल ट्रैप इवेंट इन द एशियन गेम्स 2018 थाउजेंड एटीन क्वेश्चन क्यों इंपॉर्टेंट है क्योंकि यंगेस्ट क्यों है ਠੀਕ ਹੈ ਯੰਗੇਸਟ ਸ਼ੂਟਰ ਦਾ ਨਾਮ ਦੱਸੋ ਜਿਨੇ ਸਿਲਵਰ ਜਿੱਤਿਆ ਮੈਨਸ ਡਬਲ ਡ੍ਰੈਪ ਇਵੈਂਟ ਇਨ ਏਸ਼ੀਅਨ ਗੇਮਸ 2018 ਵਿੱਚ ਦੀਪਕ ਕੁਮਾਰ ਲਖਸ਼ੇ ਸ਼ਿਰੋਂ ਸ਼ਰਾਦੂਲ ਵਿਹਾਨ ਸੰਜੀਵ ਰਾਜਪੂਤ ਹੁਣ ਇਹ ਚਾਰੋਂ ਕਿਨੇ ਸ਼ੂਟਰਸ ਨੇ ਤੇ ਇਹਦੇ ਵਿੱਚ ਯੰਗੇਸਟ ਸ਼ੂਟਰ ਜਿਨੇ ਸਿਲਵਰ ਜਿੱਤਿਆ ਹੈ ਕਿੰਨੇ ਸ਼ਰਾਦੂਲ ਵਿਹਾਨ ਨੇ ਕਿੰਨੇ ਜਿੱਤਿਆ ਸ਼ਰਾਦੂਲ ਵਿਹਾਨ ਨੇ ਕਿੰਨੇ ਸਾਲਾਂ ਦੇ ਸੀ 15 ইয়ারਸ ਦੇ ਕਿੰਨੇ ਦੇ ਸੀ 15 ਸਾਲ ਦੇ ਇਹ ਸ਼ੂਟਰ ਨੇ ਇੰਡੀਅਨ ਸ਼ੂਟਰ ਨੇ ਸ਼ਰਦੂਲ ਵਿਹਾਨ ਜੀ ਨਾਲ ਦੇ ਦੁਆਰਾ ਸਿਲਵਰ ਮੈਡਲ ਜਿੱਤਿਆ ਗਿਆ 15 ਸਾਲਾਂ ਦਾ ਇਹ ਵੀ ਯਾਦ ਰੱਖਣਾ 15 ਸਾਲਾਂ ਦੇ ਸੀ ਇਹ ਹੂ অন ਦਾ ਇੰਡੀਆਜ਼ ਫਰਸਟ ਮੈਡਲ ਇਨ 20 ইয়ারਜ਼ ইন দা वूਮਨਸ 100 ਮੀਟਰ ਇਵੈਂਟ ਹੁਣ 100 ਮੀਟਰ ਦਾ ਇਵੈਂਟ ਹੋਇਆ ਸੀ 20 ਸਾਲਾਂ ਦੇ ਬਾਅਦ ਉਹਦੇ ਵਿੱਚ ਇੰਡੀਆ ਨੂੰ ਮੈਡਲ ਮਿਲਿਆ ਹੋਇਆ ਪਹਿਲੀ ਵਾਰ ਇੰਡੀਆਜ਼ ਫਰਸਟ ਮੈਡਲ ਇਨ 20 ইয়ারਜ਼ 20 ਸਾਲਾਂ ਦੇ ਵਿੱਚ ਪਹਿਲਾ ਮੈਡਲ ਸੀਗਾ वूਮਨ ਇਨ ਅ वूਮਨ ਕੈਟਾਗਰੀ ਦੇ ਵਿੱਚ 100 ਮੀਟਰ ਰੇਸ ਵਿੱਚ ਕਿਹਦੇ ਦੁਆਰਾ ਹਿਮਾ ਦਾਸ ਅਨੁਰਾਗਵਨ ਫੌਤ ਮਿਰਜ਼ਾ ਦੂਤੀ ਚੰਦ ਹੁਣ ਇਹ ਤਿੰਨੋਂ ਕੀ ਨੇ ਐਥਲੀਟਸ ਚਾਰੋਂ ਸੋਏ ਐਥਲੈਟਿਕ ਐਥਲੈਟਿਕ ਸਪੋਰਟਸ ਨਾਲ ਬਿਲੋਂਗ ਕਰਦੇ ਨੇ ਠੀਕ ਹੈ ਚਾਰੋਂ ਕੀ ਨੇ ਐਥਲੈਟਿਕਸ ਤੇ ਚਾਰੋਂ ਕੀ ਨੇ ਫੇਮਸ ਨੇ ਠੀਕ ਹੈ ਹਾਂਜੀ ਤੁਸੀਂ ਮੈਨੂੰ ਦੱਸਣਾ ਡਿੰਗ ਐਕਸਪ੍ਰੈਸ ਇੱਕ ਕੁਐਸਚਨ ਹੈ ਤੁਹਾਡੇ ਸਾਰੇ ਲਈ ਡਿੰਗ ਐਕਸਪ੍ਰੈਸ ਕਿਹਨੂੰ ਕਿਹਾ ਜਾਂਦਾ ਹੈ ਡਿੰਗ ਐਕਸਪ੍ਰੈਸ ਦਾ ਟਾਈਟਲ ਕਿਹਨੂੰ ਦਿੱਤਾ ਗਿਆ ਸੀ हां जी ये क्वेश्चन द आंसर कि है दूती चंद कि है क्वेश्चन द आंसर है पहला मेडल 20 ਸਾਲਾਂ ਦੇ ਵਿੱਚ 100 ਮੀਟਰ ਰੇਸ ਵਿੱਚ ਇੰਡੀਆ ਦੇ ਦੁਆਰਾ ਦੂਤੀ ਚੰਦ ਦੇ ਦੁਆਰਾ ਜਿੱਤਿਆ ਗਿਆ ਵੈ ਠੀਕ ਹੈ ਤੇ ਉਸ ਤੋਂ ਪਹਿਲੇ ਕਿੰਨੇ ਜਿੱਤਿਆ ਸੀਗਾ 20 ਸਾਲ ਤੋਂ ਪਹਿਲੇ ਕਿੰਨੇ ਜਿੱਤਿਆ ਸੀਗਾ ਦੇਖੋ ਰਚਿਤਾ ਮਿਸਟਰੀ ਨੇ 1998 ਵਿੱਚ ਜਿੱਤਿਆ ਸੀ ব্রੌਂਜ਼ ਜਿੱਤਿਆ ਸੀ ਏਸ਼ੀਅਨ ਗੇਮਸ ਦੇ ਵਿੱਚ 1998 ਦੇ ਏਸ਼ੀਅਨ ਗੇਮਸ ਵਿੱਚ ਰਚਿਤਾ ਨੇ ਜਿੱਤਿਆ ਸੀ ठीक है उस तो बाद कौन बन गया द्वितीय चंद बन गया मतलब सेकंड वूमेन बन गया सिल्वर मेडल मैडल मेडल मैडल हैं सिल्वर मैडल हैं ठीक है सिल्वर मैडल जितया गए तो उन्होंने की ए, है ब्रोंोंस मैडल जीत्या अगर आ जाएगा फर्स्ट इंडियन वूमेन है वर्न द सिल्वर मैडल इन हंड्रेड मीटर इवेंट तंग आंसर क्या हो जाएगा दुती चंद ठीक है क्वेश्चन दोनों तरह न्यान च रखना वे एक क्वेश्चन ही ध्यान रखना हु हैज बिकम द फर्स्ट इंडियन वूमेन ਟੂ ਵਿਨ ਅ ਗੋਲਡ ਮੈਡਲ ਇਨ ਸ਼ੂਟਿੰਗ ਐਟ ਦਾ ਏਸ਼ੀਅਨ ਗੇਮ ਪਹਿਲੀ ਇੰਡੀਅਨ ਔਮਨ ਦਾ ਨਾਮ ਦੱਸੋ ਜਿਨੇ ਸ਼ੂਟਿੰਗ ਦੇ ਵਿੱਚ ਏਸ਼ੀਅਨ ਗੇਮਸ ਵਿੱਚ ਮੈਡਲ ਗੋਲਡ ਮੈਡਲ ਜਿੱਤਿਆ ਸੀ ਮੰਨੂ ਬਾਕਰ ਰਾਹੀ ਸਰਨ ਅੰਜੂ ਮੋਦਗਿਲ ਹੀਨਾ ਸਿੱਧੂ ਹਾਂਜੀ ਕਿਹਦੇ ਦੁਆਰਾ ਜਿੱਤਿਆ ਗਿਆ ਹਨ ਚਾਰੋਂ ਕਿਹਨੇ ਸ਼ੂਟਿੰਗ ਨਾਲ ਬਿਲੋਂਗ ਕਰਦੀਆਂ ਨੇ ਸ਼ੂਟਿੰਗ ਤੋਂ ਬਿਲੋਂਗ ਕਰਦੇ ਆ ਤੁਸੀਂ ਮੈਨੂੰ ਚਾਰਾ ਦੇ ਦੱਸੋਗੇ ਕਿਹੜੇ ਕਿਹੜੇ ਸਪੋਰਟ ਤੋਂ ਬਿਲੋਂਗ ਕਰਦੇ ਨੇ ਹਾਂਜੀ ਇੱਕ ਤਾਂ ਤੁਹਾਨੂੰ ਤਿੰਨੇ ਦੱਸੋਗੇ ਇੱਕ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਰਾਹੀ ਸਰਨ दे द्वारा की है शूटिंग का गोल्ड मैडल जितया गया है एशियन गेम्स के अठारह के जो एशियन गेम्स होए ने पहली इंडियन वूमेन बन गई राही जिन्हों के द्वारा गोल्ड मैडल जितया गया है शूटिंग ठीक है फस्ट वूमेन बन गए अपनी इंडिया अपनी फस्ट इंडियन वूमैन बन गई शूटिंग गोल्ड मैडल एशियन गेम्स प्राप्त कराने वाली नाइनटीन क्वेश्चन हू बिकेम द फस्ट इंडियन वूमैन रैसलर टू विन अ गोल्ड मैडल एट एशियन गेम्स उस पहली इंडियन वूमैन रैसलर का नाम दसो ਜਿਨੇ 골 ਮੈਡਲ ਦਿੱਤੇ ਆ ਏਸ਼ੀਅਨ ਵਿੱਚ ਗੀਤਾ ਫਗਾਤ ਵਿਨੇਸ਼ ਫਗਾਤ ਸ਼ਾਕਸ਼ੀ ਮalek ਪੂਜਾ ਨੰਡਾ ਹਾਂਜੀ ਕਿਹਦੇ ਦੁਆਰਾ ਜਿੱਤਿਆ ਗਿਆ ਵੈ ਵਿਨੇਸ਼ ਫਗਾਤ ਦੇ ਦੁਆਰਾ ਵਿਨੇਸ਼ ਫਗਾਤ ਠੀਕ ਹੈ ਫਗਾਤ ਫੈਮਿਲੀ ਪਤਾ ਨਾ ਦੰਗਲ ਮੂਵੀ ਦੇ ਸਾਰਿਆਂ ਨੇ ਦੇਖੀ ਹੋਏਗੀ ਜੋ ਫਗਾਤ ਸਿਸਟਰ ਤੇ ਬੇਸ ਹੈ ਠੀਕ ਹੈ ਉਹਨਾਂ ਦੀ ਹੀ ਕਜ਼ਨ ਲੱਗਦੇ ਨੇ ਹੈ ਵਿਨੇਸ਼ ਫਗਾਤ ਦੇ ਦੁਆਰਾ ਕੀ ਹੈ ਪਹਿਲੇ ਇੰਡੀਅਨ ਔਮਨ ਬਣ ਚੁੱਕੇ नेक्स्ट क्वेश्चन ट्वेंटी विच इंडियन बिकेम द फर्स्ट बैडमिंटन प्लेयर टू विन सिल्वर इन द एशियन गेम्स जो जीते थ बहुत न्यूज भी से उस टाइम पर ठीक है दो हज़ार अठारह में जो एशियन गेम्स होए थ जो प्लेयर की है सिल्वर जितते से पहली बारी बैडमिंटन दे प्लेयर कौन सी पी वी सिंधु साइना नेहवाल सीविकंद कादमनी एच एस पेरनोई हाँ जी कौन कि द्वारा पी वी के द्वारा की है ਸਿਲਵਰ ਮੈਡਲ ਜਿੱਤਿਆ ਗਿਆ ਸੀ ਪਹਿਲੀ ਵਾਰੀ ਪਹਿਲੇ ਬੈਡਮਿੰਟਨ ਪਲੇਅਰ ਪੀਵੀ ਸਿੰਧੂ ਬਣੇ ਸੀ ਸਿਲਵਰ ਮੈਡਲ ਜਿੱਤਿਆ ਗਿਆ ਸੀ ਤੇ 골ਡ ਜਿੱਤਣ ਤੋਂ ਕਿਹਦੇ ਤੋਂ ਹਾਰ ਗਏ ਸੀਗੇ ਪੀਵੀ ਸਿੰਧੂ ਕਿਹਦੇ ਤੋਂ ਹਾਰੇ ਸੀ ਚੱਕ ਸਿਲਵਰ ਕਿਹਦੇ ਤੋਂ ਤਾਇ ਜੂ ਜਿੰ ਤੋਂ ਕੀ ਹੈ ਡਿਫੀਟ ਹੋ ਗਏ ਸੀ ਫਾਈਨਲਸ ਵਿੱਚ ਨੈਕਸਟ 21 who has become the first indian javelin thrower to win an asian gold te us javelin thrower da naam dasso jinan ne asian vich gold medal jitaya ve mohammad anas rajinder pal singh duti chan neeraj chopra kide de dwara jitaya gaya neeraj chopra de dwara ki hai gold medal jitaya gaya te pehle javelin thrower apne india de ban chuke hoye ne jede extra information hai na thoda thoda ਸਾਡੇ ਸਪੋਰਟਸ ਪਰਸਨੈਲਿਟੀ ਬਾਰੇ ਪੀਡੀਐਫ ਵਿੱਚ ਪੜ੍ਹ ਲੈਣਾ ਇੰਪੋਰਟੈਂਟ ਵਗੈਰਾ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਮੇਨ ਨੇਸ਼ਨ ਗੇਮਸ ਨਾਲ ਰਿਲੇਟਡ ਅੱਪ ਆਜ ਦਾ ਟੌਪਿਕ ਕਰਿਆ ਤੇ ਮੈਂ ਟੌਪਿਕ ਤੋਂ ਕੀ ਪਟਕਣਾ ਨਹੀਂ ਚਾਹੁੰਦੀ ਤੁਹਾਨੂੰ ਨੈਕਸਟ 22 ਕੁਐਸਚਨ ਹੂ ਇਜ਼ ਦ ਫਰਸਟ ਇੰਡੀਅਨ ਟੂ ਵਿਨ ਐਨ ਏਸ਼ੀਅਨ ਗੋਲਡ ਇਨ ਦ ਊਮਨ ਹੈਪਟਲਨ ਇਵੈਂਟ ਪਹਿਲੀ ਇੰਡੀਅਨ ਊਮਨ ਦਾ ਨਾਮ ਦੱਸੋ ਜਿਨ੍ਹਾਂ ਨੇ ਗੋਲਡ ਜਿੱਤੇ ਹੈ ਹੈਪਟਲਨ ਇਵੈਂਟ ਦੇ ਵਿੱਚ ਹਾਂਜੀ ਕਿੰਨੇ ਹੈਪਟਲਨ ਇਵੈਂਟ ਦੇ ਵਿੱਚ ਗੋਲ ਜਿੱਤਿਆ ਹੋਇਆ ਸੋਮਾ ਬਿਸ਼ਵਾਸ ਦੂਤੀ ਚੰਦ ਸੁਪਨਾ ਬਰਮਨ ਹੀਮ ਕਿਹਦੇ ਦੁਆਰਾ ਜਿੱਤਿਆ ਗਿਆ ਸਪਨਾ ਬਰਮਨ ਦੇ ਦੁਆਰਾ ਕੀ ਹੈ ਹੈਪਟਲਨ ਇਵੈਂਟ ਦੇ ਵਿੱਚ 골ਡ ਜਿੱਤਿਆ ਗਿਆ ਵੈ ਠੀਕ ਹੈ ਹੈਪਟਲਨ ਇਵੈਂਟ ਵਿੱਚ ਕੀ ਹੈ 골ਡ ਜਿੱਤਿਆ ਗਿਆ ਸਪਨਾ ਬਰਮਨ ਦੇ ਦੁਆਰਾ ਨੈਕਸਟ ਕੁਐਸਚਨ 23 ਵਿਚ ਨੇਸ਼ਨ ਵਨ ਦ 골ਡ ਇਨ ਊਮਨਸ ਕਬੱਡੀ ਫਾਈਨਲ ਐਟ ਦ ਏਸ਼ੀਅਨ ਗੇਮ 2018 ਹੁਣ ਕਿਹੜੀ ਊਮਨਸ ਕਬੱਡੀ ਫਾਈਨਲ ਦੇ ਵਿੱਚ 골ਡ ਕਿਹਦੇ ਦੁਆਰਾ ਜਿੱਤਿਆ ਗਿਆ 2018 ਵਿੱਚ ਈਰਾਨ ਅਫਗਾਨਿਸਤਾਨ ਇੰਡੀਆ ਸਾਊਥ ਕੋਰੀਆ ਵੂਮੈਨਸ ਕਬੱਡੀ ਯਾਦ ਰੱਖਣਾ ਮੈਨਸ ਕਬੱਡੀ ਨਹੀਂ ਕਹਿ ਰਹੀ ਵੂਮੈਨਸ ਕਬੱਡੀ ਕਿਹਦੇ ਦੁਆਰਾ ਜਿੱਤਿਆ ਗਿਆ ਵਾ ਈਰਾਨ ਦੇ ਦੁਆਰਾ ਕਿਹਦੇ ਦੁਆਰਾ ਜਿੱਤਿਆ ਗਿਆ ਵਾ ਈਰਾਨ ਦੇ ਦੁਆਰਾ ਕਿੰਨੂੰ ਹਰਾਇਆ ਸੀ ਈਰਾਨ ਨੇ ਇੰਡੀਆ ਨੂੰ ਹਰਾਇਆ ਸੀ ਤੇ ਮਤਲਬ ਇੰਡੀਆ ਦੇ ਦੁਆਰਾ ਕਿਹ ਸਿਲਵਰ ਮੈਡਲ ਜਿੱਤਿਆ ਗਿਆ ਸੀ ਠੀਕ ਹੈ 골ਡ ਈਰਾਨ ਐਂਡ ਇੰਡੀਆ ਸਿਲਵਰ ਵੂਮੈਨਸ ਕਬੱਡੀ ਮੈਨਸ ਕਬੱਡੀ ਦਾ ਦੱਸੋ ਇਹ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਮੈਨਸ ਕਬੱਡੀ ਕਿਹੜੀ ਕੰਟਰੀ ਦੇ ਦੁਆਰਾ ਜਿੱਤਿਆ ਗਿਆ ਸੀ 24th which indian athlete won the gold medal in men's shot put with a record breaking performance ਕਿਹੜੇ indian athlete ਦੇ ਦੁਆਰਾ gold medal ਜਿੱਤਿਆ ਗਿਆ ਸੀ shot put ਦੇ ਵਿੱਚ ਕਿਹੜੀ categories ਵਿੱਚ men's shot put ਦੇ ਵਿੱਚ gold medal ਕਿਹਦੇ ਦੁਆਰਾ ਜਿੱਤਿਆ ਗਿਆ ਸੀ एम ਸ਼੍ਰੀਸ਼ੰਕਰ ਤਜਿੰਦਰਪਾਲ ਸਿੰਘ ਮੁਹੰਮਦ ਅਨਸ ਚੇਤਨ ਬਾਲਾ ਸੁਬ੍ਰਮਨਯਮ ਹਾਂ ਜਿਹਦੇ ਦੁਆਰਾ gold ਜਿੱਤਿਆ ਗਿਆ men's shot put ਦੇ ਵਿੱਚ ਕਿਹਦੇ ਦੁਆਰਾ ਤਜਿੰਦਰਪਾਲ ਸਿੰਘ ਤਜਿੰਦਰਪਾਲ ਸਿੰਘ ਕਿਹੜੀ ਸਪੋਰਟ ਨੂੰ ਬਿਲੋਂਗ ਕਰਦੇ ਨੇ ਸ਼ਾਰਟ ਪੁੱਟ ਨੂੰ ਬਿਲੋਂਗ ਕਰਦੇ ਨੇ ਇੱਕ ਤੁਹਾਡਾ ਟੈਸਟ ਹੋਏਗਾ ਸਪੋਰਟਸ ਫੇਮਸ ਸਪੋਰਟਸ ਪਰਸਨੈਲਿਟੀ ਤੇ ਕਿਹੜੀ ਸਪੋਰਟ ਤਾਂ ਬਿਲੋਂਗ ਕਰਦੇ ਨੇ ਇਹ ਤੁਹਾਨੂੰ ਟੈਸਟ ਵਿੱਚ ਪੁੱਛਿਆ ਜਾਏਗਾ ਤੇ ਇਹੀ ਸਪੋਰਟਸ ਪਰਸਨੈਲਿਟੀਸ ਤੋਂ ਪੁੱਛਿਆ ਜਾਏਗਾ ਜਿਹੜਾ ਤੁਹਾਨੂੰ ਮੈਂ 올림픽ਸ ਏਸ਼ੀਅਨਸ ਤੇ ਮੈਂ ਤੁਹਾਨੂੰ ਕਾਮਨਵੈਲਥ ਗੇਮਸ ਨੈਸ਼ਨਲ ਗੇਮਸ ਆਪਾਂ ਕੀ ਹਰ ਚੀਜ਼ ਨੂੰ ਕਵਰ ਕਰਨਾ ਹੈ ਠੀਕ ਹੈ ਸੋ ਮੈਂ ਸ਼ਾਰਟ ਪੁੱਟ ਵਿੱਚ ਤਜਿੰਦਰਪਾਲ ਸਿੰਘ ਜੀ ਦੇ ਦੁਆਰਾ ਕੀ 골 ਮੈਡਲ ਜਿੱਤਿਆ ਗਿਆ 25 who became the oldest man in the indian contingent to win the medal at the 18th asian games young youngest ta pata lag gaya youngest kon si shraddul bihan theek hai oldest man da ki naam hai indian de oldest man da jinna ne medal jitte 18th asian games vich pranav bradan baradan shankar gopinandwana jaggi shif shif dasani kide dwara jittya gaya oldest kon bane ne pranav bradan kon bane ne ਪ੍ਰਨਵ ਵਰਦਨ ਠੀਕ ਹੈ ਤੇ ਇਹ ਕੀ ਬਣ ਗਏ ਨੇ 올ਡੇਸਟ ਮੈਨ ਬਣ ਗਏ ਨੇ ਤੇ ਹੁਣ ਇਹਨਾਂ ਦੇ ਬਾਰੇ ਥੋੜੀ ਜੀ ਥੋੜਾ ਜੀ ਇੱਕ ਇੰਪੋਰਟੈਂਟ ਪੁਆਇੰਟ ਹੈ ਪ੍ਰਨਵ ਵਰਦਨ ਤੇ ਸਿਬਨਾਥ ਸਰਕਾਰ ਦੇ ਦੁਆਰਾ ਕੀ 골 ਮੈਡਲ ਜਿੱਤੇ ਗਿਆ ਸੀ ਬ੍ਰਿਜ ਮੈਨਸਪੀਅਰ ਇਵੈਂਟ ਦੇ ਵਿੱਚ ਕਿਹਦੇ ਦੁਆਰਾ ਬ੍ਰਿਜ ਮੈਨਸਪੀਅਰ ਇਵੈਂਟ ਦੇ ਵਿੱਚ ਜਿਹਦੇ ਵਿੱਚ ਕਿ ਪ੍ਰਨਵ ਵਰਨਦ ਕੀ ਸੀਗੇ 올ਡ ਸੀਗੇ ਮਤਲਬ ਸਰਕਾਰ ਦੇ ਨਾਲੋਂ ਪ੍ਰਨਵ ਕੀ ਸੀ ਵੱਡੇ ਸੀਗੇ ਜਿੱਤਿਆ ਦੋਨਾਂ ਦੇ ਦੁਆਰਾ 골ਡ ਗਿਆ ਸੀ ਤੇ ਇੱਕੋ ਇਵੈਂਟ ਸੀ that is ਬ੍ਰਿਜ ਮੈਨਸਪੀਅਰ ਇਵੈਂਟ ਠੀਕ ਹੈ ਤੇ 올ਡੇਸਟ ਕੌਣ ਸੀ ਪ੍ਰਨਵ ਬਰਦਨ ਐ ਯਾਦ ਰੱਖਣਾ ਤੇ ਅਗਰ ਪੁੱਛਿਆ ਜੇ ਬ੍ਰਿਜ ਮੈਨਸਪੀਅਰ ਇਵੈਂਟ ਵਿੱਚ ਦੋ ਪਲੇਅਰਸ ਦੇ ਨਾਮ ਦੱਸੋ ਕੌਣ ਸੀ ਪ੍ਰਨਵ ਬਰਦਨ ਤੇ ਸਰਕਾਰ ਤੇ ਦੋਨੋਂ ਮਤਲਬ ਕਿਹਦੇ ਨਾਲ ਲਿੰਕ ਹੋ ਗਏ ਬ੍ਰਿਜ ਮੈਨਸਪੀਅਰ ਇਵੈਂਟ that is ਇੱਕ ਬ੍ਰਿਜ ਨਾਮ ਦੀ ਗੇਮ ਹੁੰਦੀ ਹੈ ਕੋਈ ਕਾਰਡਸ ਦੇ ਨਾਲ ਰਿਲੇਟਿਡ ਗੇਮ ਹੁੰਦੀ ਹੈ ਉਹਦੇ ਵਿਚ ਇਹਨਾਂ ਨੂੰ ਕਿਸੇ 골ਡ ਜਿੱਤਿਆ ਗਿਆ ਸੀ ਇਹਨਾਂ ਦੇ ਦੁਆਰਾ ठीक है तो आंसर रहेगा ना कन्फ्यूज नहीं होना इतों की इन्फॉर्मेसन नहीं नीचे इतने पढ़ के कि दोनों के द्वारा जितते गया ऑप्शन दोनों है ऑप्शन की ने दोनों ने ऑप्शन की ने दोनों ने मैम ने आंसर ए इसलिए क्योंकि दोनों चो ओलडस्ट कौन सी प्रणब सी ठीक है ओल्डस्ट कौन से प्रणब जी अगे वजिए हूँ समझ लग गई ट्वेंटी सिक्सथ क्वेश्चन फाउद मिर्जा पिकेम द फस्ट इंडियन टू विन एन एशियन गेम्स इंडिविजुअल medal सिंस 1982 in which इन event? स्पोर्टिंग इवेंट फाउद मिर्जा की है पहले इंडियन बने ने जिन्होंने तो बाद टू पहले एशियन गेम इंडिविजुअल मैडल पहले इंडि इंडियन बने ने किम बिलोंग करते ने कि गेम तो बिलोंग करते ने फाउद मिर्जा जो कि पहले इंडियन बने ने जिन्ह ने की है इंडिविजुअल गेम के बच्चीन तो बाद ਮੈਡਲ ਜਿੱਤਿਆ ਵਰਸ਼ੂ ਇਕਵਿਸਟੇਰੀਅਨ ਸਪੇਕ ਟਾਰਕੇ ਬ੍ਰਿਜ ਕਿਹੜੀ ਗੇਮ ਵਿੱਚ ਇਕਵਿਸਟੇਰੀਅਨ ਗੇਮ ਇੱਕ ਈਵੈਂਟ ਹੁੰਦਾ ਇਕਵਿਸਟੇਰੀਅਨ ਉਹਦੇ ਵਿੱਚ ਕੀ ਹੈ ਫਾਉਦ ਮਿਰਜ਼ਾ ਆਪਣੇ ਪਹਿਲੇ ਇੰਡੀਅਨ ਊਮਨ ਬਣ ਇੰਡੀਅਨ ਪਰਸਨ ਬਣ ਚੁੱਕੇ ਨੇ ਜਿਨ੍ਹਾਂ ਦੇ ਦੁਆਰਾ ਮੈਡਲ ਜਿੱਤਿਆ ਗਿਆ ਵੈ ਠੀਕ ਹੈ ਊਮਨ ਨਹੀਂ ਹੈ ਮੈਨ ਨੇ ਨਾਲੇ ਮੇਰੇ ਕੋ ਪਹਿਲੇ ਗਲਤੀ ਨਾਲ ਊਮਨ ਬੋਲਿਆ ਗਿਆ ਮੈਨ ਹੈ ਠੀਕ ਹੈ ਜੀ ਸਮਝ ਲੱਗ ਰਹੀ ਹੈ ਨੈਕਸਟ ਕੁਐਸਚਨ 27 ਹੂ ਵਾਸ ਦ ਇੰਡੀਆਸ ਫਲੈਗ ਬੇਰਰ ਡੂਰਿੰਗ ਦ ਕਲੋਜ਼ਿੰਗ ਸੈਰੇਮਨੀ ਆਫ ਏਸ਼ੀਅਨ ਗੇਮਸ 2018 2018 ਦੇ ਏਸ਼ੀਅਨ ਗੇਮਸ ਵਿੱਚ ਕਲੋਜ਼ਿੰਗ ਸੈਰੇਮਨੀ ਟਾਈਮ ਫਲੈਗ ਬੇਰਰ ਕੌਣ ਸੀ ਨੀਰਜ ਚੋਪੜਾ ਰਾਣੀ ਰਾਮਪਾਲ ਰਹੀ ਰਾਹੀ ਸੌਰਨਬਤ ਸੁਪਨਾ ਬਰਮਨ ਹਾਂ ਜੀ ਕੌਣ ਸੀਗੇ ਰਾਣੀ ਰਾਮਪਾਲ ਰਾਣੀ ਰਾਮਪਾਲ ਕੀ ਸੀ ਕਲੋਜ਼ਿੰਗ ਸੈਰੇਮਨੀ ਦੇ ਫਲੈਗ ਬੇਰਰ ਸੀ ਤੁਹਾਡਾ ਅਜਦਾ ਕੁਐਸਚਨ ਕੀ ਹੈ ਇਹ ਚਾਰੋਂ ਪਰ ਸਪੋਰਟਸ ਪਰਸਨੈਲਿਟੀ ਕਿਹੜੇ-ਕਿਹੜੇ ਗੇਮ ਨਾਲ ਬਿਲੋਂਗ ਕਰਦੇ ਨੇ ਤੁਸੀਂ ਮੈਨੂੰ ਦੱਸਣਾ ਹੈ ਠੀਕ ਹੈ ਚਾਰਾ ਬਾਰੇ ਕਿਉਂ ਕੀ ਹੈ ਇਹ ਤਿੰਨਾਂ ਦੇ ਬਾਰੇ ਮੈਂ ਤੁਹਾਨੂੰ ਕੁਐਸਚਨ ਦੱਸਿਆ ਹੋਇਆ ਹੈ ਤੇ ਤੁਸੀਂ ਜਿਹੜਾ ਅਗਰਾਨੀ ਰਾਮਪਾਲ ਬਾਰੇ ਨਹੀਂ ਪਤਾ ਤੇ ਸਰਚ ਕਰੋ ਕੌਣ ਨੇ ਕਿਹੜੀ ਨਾਲ ਬਿਲੋਂਗ ਕਰਦੇ ਨੇ ਹਾਂਜੀ ਕਿਹਦੇ ਨਾਲ ਬਿਲੋਂਗ ਕਰਦੇ ਨੇ ਚਲੋ ਇੱਕ ਮੈਂ ਦੱਸ ਦਿੰਦੀ ਹਾਂ ਕਿਉਂਕਿ ਇਹ ਤਿੰਨਾਂ ਬਾਰੇ ਮੈਂ ਤੁਹਾਨੂੰ ਪਿਛਲੇ ਕੁਐਸਚਨਸ ਦੱਸਤਾ ਹੈ ਹਰਾਨੀ ਰਾਮਪਾਲ ਬਾਰੇ ਆਪਣੀ ਗੱਲ ਨਹੀਂ ਹੋਈ ਇਹ ਕੌਣ ਨੇ ਹਾਕੀ ਟੀਮ ਠੀਕ ਹੈ ਹਾਕੀ ਟੀਮ ਦੀ ਕੈਪਟਨ ਹੈ ਇੰਡੀਅਨ ਹਾਕੀ ਟੀਮ ਦੀ ਕੈਪਟਨ ਕੋ ਨਾ ਰਾਨੀ ਰਾਮਪਾਲ ਐ ਕੀ ਸੀ ਕਲੋਜ਼ਿੰਗ ਸੈਰੇਮਨੀ ਟਾਈਮ ਕੀ ਸੀ ਫਲੈਗ ਬੇਰਰ ਸੀ ਬਾਕੀ ਦਿਨਾਂ ਬਾਰੇ ਤੁਸੀਂ ਮੈਨੂੰ ਦੱਸਣਾ ਕਿਹੜੇ ਸਪੋਰਟਸ ਨਾਲ ਬਿਲੋਂਗ ਕਰਦੇ ਨੇ ਪਲੀਜ਼ ਜਿਹੜੇ ਬੱਚੇ ਸੀਰੀਅਸ ਨੇ ਮੇਰੇ ਕੁਐਸਚਨਸ ਦਾ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਡੀ ਹੀ ਰਿਵੀਜ਼ਨ ਲਈ ਹੈ ਮੇਰੀ ਕੋਈ ਮੇਰਾ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਮੈਨੂੰ ਦੱਸ ਰਹੇ ਹੋ ਤਾਂ ਤੁਹਾਡਾ ਹੀ ਫਾਇਦਾ ਹੈ ਜੇ ਗਲਤ ਹੋਏਗਾ ਤੁਹਾਨੂੰ ਮੈਂ ਕਰੈਕਟ ਕਰਾਂਗੇ ਵਾਟ ਵਾਸ ਦਾ ਰੈਂਕ ਆਫ ਇੰਡੀਆ ਇਨ ਦਾ ਫਾਈਨਲ ਮੈਡਲ ਟੈਲੀ ਐਟ 2018 ਏਸ਼ੀਅਨ ਗੇਮ मैं पहले भी डिस्कस कर लिया एट रैंक इंडिया का ठीक है ज़्यादा टाइम नहीं लगाते एट से आप डिटेल्स डिस्कस कर चुके हुए हु वॉज द फ्लैग बीर ऑफ द इंडियन कॉन्टीजेंट एट द ओपनिंग सैरामनी ऑफ द एशियन गेम्स हाँ जी ओपनिंग सैरामनी टाइम कौन सी है कौन सी नीरज चोपड़ा से फ्लैग बीर कलोजिंग टाइम रानी रामपाल ओपनिंग टाइम नीरज चोपड़ा हूँ तुम अपने आप ही समझदार हो मेरे अगले क्वेश्चन बाकी तीनों कि स्पोर्ट्स में बिलोंग कर रहे हैं नैक्सट क्वेश्चन द मोस्ट वैल्यूबल प्लेयर अवार्ड एट द टू थाउजेंड एटीन एशियन गेम्स हैज़ बिन गिवन टू मोस्ट वैल्यूबलर प्लेयर का अवार्ड दो हज़ार अठारह के एशियन गेम्स में किनू मिलिया वै हाँ जी कि मिलिया वै रो एक कि मिलिया वै रो एक मोस्ट वैल्यूबलर प्लेयर का अवॉर्ड मिलिया है ठीक है ऐसे अपने अच्छे क्वेश्चन एशियन गेम्स नैके ठीक है तो ऐशियन गेम्स में कोई भी क्वेश्चन नहीं छुट्टेगा बस तुम लैक्चर ने एग्जाम तो जाने पहले एक बार जरूर देख के जाना एशियन गेम्स से ओलंपिक गेम्स दोनों लैक्चर जरूर देख के जाना दो टॉपिक गेम्स रिलेटिड की है कवर हो गए हैं ठीक है पहले अं गेम्स का टॉपिक चक लिया उस तो बाद लास्ट में आप डांस फॉर्म्स डिस्कस बहुत सारी काफ़ी स्टेट्स के फाइव टू तो सिक्स स्टेट्स असर डांस फॉर्म डिस्कस कर चुके हैं अं अगे वे डिस्कस कर गुजरात के गुजरात के इंपॉर्टेंट डांस फॉर्म गरबा डांडिया रास गरबी रास टिप्पणी भावी भवाई ਭਾਵੀਨੀ ਭਵਾਈ ਕਹਿ ਦਿੰਦੇ ਠੀਕ ਹੈ ਨੈਕਸਟ ਕੀ ਹੈ ਹੁੱਡੋ ਡਾਂਗੀ ਨ੍ਰਿਤਯ ਹੁਣ ਇੰਪੋਰਟੈਂਟ ਕਿਹੜੇ ਕਿਹੜੇ ਨੇ ਨ੍ਰਿਤਯ ਗਰਬਾ ਡਾਂਡਿਆ ਇਹ ਤਿੰਨ ਕੀ ਹੈ ਇੰਪੋਰਟੈਂਟ ਡਾਂਸ ਫਾਰਮ ਨੇ ਗੁਜਰਾਤ ਦੇ ਗਰਬਾ ਡਾਂਡਿਆ ਰਾਸ ਤੇ ਨ੍ਰਿਤਯ ਐਕਿਨੇ ਤਿੰਨ ਇੰਪੋਰਟੈਂਟ ਡਾਂਸ ਫਾਰਮ ਜੋ ਕਿ ਤੁਹਾਨੂੰ ਕੀ ਯਾਦ ਹੋਣੇ ਚਾਹੀਦੇ ਨੇ हजे मैं थोड़ा सिर्फ ए फिर आप अगर जाके कि जो सा एक बार सिलेबस खत्म हो जाएगा आप ट्रिक्स का की सीरीज लैके आवेंगे ट्रिक्स के उत्ते जिसे डांस फॉर्म्स की थी ट्रिक्स ठीक है डैम्स की ट्रिक्स हर चीज़ थोट्स न डिकस की जाएगी ताकि तो रविजन भी हो जाएगी दोबारा ठीक है फॉर रविजन इतने तुम्हें मैं डांस फॉर्म दस रही हे तो इंपोर्टेंट डांस फॉर्म जो तुम एग्जाम लिए याद होने चाहिए ने क्योंकि एग्जाम में है क्वेश्चन आया हुआ है डांस फॉर्म के रिलटिड नैक्सट डेट आप कवर कर जा रहे हैं छत्तीसगढ़ छत्तीसगढ़ के इंपोर्टेंट डांस फॉर्म्स की है पंधावनी राउतनाच नाचा, पंथी करमा ठीक है एच इंपोर्टेंट कड़े ने सऊआ नाच तो राउत नाच यह दो ने इंपोर्टेंट फॉर्म्स ने छत्तीसगढ़ के जेड पेपर में पूछे जा सकते ने झारख नैक्सट की है झारखंड झारखंड के डांस फॉर्म की है करमा यही की है छत्तीसगढ़ का भी लाज है ठीक है तो ਕੀ ਹੁੰਦਾ ਅਗਰ ਇੱਕ ਦੋ ਸਟੇਟਸ ਦਾ ਸੇਮ ਡਾਂਸ ਫਾਰਮ ਆ ਜਾਂਦਾ ਹੈ ਨਾ ਤੇ ਉਹ ਪੇਪਰ ਚੋਂ ਘੱਟ ਚਾਂਸ ਹੁੰਦੇ ਨੇ ਕਿਉਂਕਿ ਕਈ ਵਾਰੀ ਕੀ ਐਗਜ਼ਾਮੀਨਰ ਦੋਨੋਂ ਆਪਸ਼ਨ ਪਾ ਦਿੰਦਾ ਫਿਰ ਕੀ ਹੋ ਜਾਂਦਾ ਵਾ ਉਹ ਕੁਐਸਚਨ ਤੇ ਗੜਬੜ ਹੋ ਜਾਂਦੀ ਹੈ ਡਾਊਟ ਹੋ ਜਾਂਦਾ ਵਾ ਤਾਂ ਕਰਕੇ ਇਹੋ ਜਿਹੇ ਕੁਐਸਚਨਸ ਘੱਟ ਆਉਂਦੇ ਨੇ ਠੀਕ ਹੈ ਤਾਂ ਤੁਹਾਡੇ ਇੱਕ ਸਟੇਟਾਂ ਘੱਟ ਗਈ ਚਲੋ ਝਾਰਖੰਡ ਖੁਸ਼ ਹੋਏ ਹੋਗੇ ਹੁਣ 오ਡੀਸਾ ਦਾ 오ਡੀਸੀ ਚਾਉ ਚਿਟੋਂਗੜਾ ਡਾਂਡਾ ਨਾਟਾ ਚਾਂਗੂ ਕਰਮ ਹੁਣ ਦੇਖੋ ਕਰਮ ਇੱਥੇ ਵੀ ਆ ਗਿਆ ਇਸ ਲਈ ਕਿ ਕਰਮਾ ਨੇ ਆਪਾਂ ਯਾਦ ਕਰਨਾ ਹੀ ਨਹੀਂ Odyssey, बहुत वरी Odyssey, बहुत वरी, बहुत ओडिसी बहुत वारी पुछा गया ओडिसी डांस फॉर्म बिलोंग्स टू ओडिशा बहुत वारी बहुत एग्जाम्स आया हुआ होया तो होता ओडिसी वेरी इंपॉर्टेंट ठीक है बहुत क्लासिकल डांस है ओडिसी कि बिलोंग करता ओडिशा ओडिसी उड़ीसा ए तो तुम्हें याद हो जाना चाहिए ठीक है ते डांडा नाटा ठीक है मेन ऐसा कि तुम याद रखना ओडिसी याद रखना वे नैक्सट की है बिहार बिहार का विदेशिया जट जटिन ਚੀਜੀਆ ਪ੍ਰੋਨਨਸੀਏਸ਼ਨਸ ਤੇ ਡਾਂਸ ਫਾਰਮ ਦੇ ਨਹੀਂ ਜਾਣਾ ਤੁਸੀਂ ਆਪ ਹੀ ਦੇਖ ਲਓ ਤੁਸੀਂ ਕਿਸੇ ਹੋਰ ਤਰ੍ਹਾਂ ਪ੍ਰੋਨਉਂਸ ਕਰੇਗੇ ਦੂਸਰਾ ਤੁਹਾਡੇ ਨਾਲ ਦਾ ਫਰੈਂਡ ਹੀ ਕਿਸੇ ਹੋਰ ਤਰ੍ਹਾਂ ਪ੍ਰੋਨਉਂਸ ਕਰੇਗਾ ਠੀਕ ਹੈ ਐਸਾਰੇ ਡਾਂਸ ਫਾਰਮ ਕੀ ਨੇ ਬਿਹਾਰ ਦੇ ਨੇ ਝੁਮਰੀ ਕਜਰੀ ਸੋਹਾਰ ਫਗੂਆ ਧਮਕਚ ਪਾਈਕਾ ਠੀਕ ਹੈ ਇਹਦੇ ਚ ਇੰਪੋਰਟੈਂਟ ਇੱਕੋ ਹੀ ਹੈ ਫਗੂਆ ਬਿਹਾਰ ਦਾ ਤੁਸੀਂ ਯਾਦ ਰੱਖਣਾ ਫਗੂਆ ਠੀਕ ਹੈ ਫਗੂਆ ਤੇ ਝੁਮਰੀ ਝੁਮਰੀ ਤੇ ਫਗੂਆ ਕੀ ਹੈ ਤੁਸੀਂ ਯਾਦ ਰੱਖਣਾ ਬਿਹਾਰ ਦਾ ਠੀਕ ਹੈ ਜੀ ਝੁੰਮਰੀ ਤੇ ਫਗੂਆ ਇੱਕ ਵਾਰ ਇਹ ਕੀ ਹੈ ਜਦੋਂ ਆਪਣੇ ਕੀ ਹੈ ਡਾਂਸ ਫਾਰਮ ਸਾਰੇ ਕਵਰ ਹੋ ਜਾਣਗੇ ਇੱਕ ਵਾਰ ਇਹ ਆਪਾਂ ਦੀ ਰਿਵੀਜ਼ਨ ਦੁਬਾਰਾ ਕਰ ਲਵਾਂਗੇ ਐਸੀ ਆਪਣੇ ਅੱਜ ਦੇ ਡਾਂਸ ਫਾਰਮ ਦੀ ਡਿਸਕਸ਼ਨ ਉਸ ਤੋਂ ਬਾਅਦ ਆਪਾਂ ਡੈਮਸ ਨੂੰ ਕਵਰ ਅਪ ਕਰ ਰਹੇ ਆ ਡੈਮਸ ਦੇ ਉੱਤੇ ਤੇ ਆਪਾਂ ਅੱਜ ਦੇਖ ਲੈਂਦੇ ਆ 오ੜੀਸਾ ਦੇ ਵਿੱਚ 오ੜੀਸਾ ਵਿੱਚ ਕਿਹੜੇ-ਕਿਹੜੇ ਡੈਮ ਨੇ ਇੰਦਰਾਵਤੀ ਡੈਮ ਕਿਹੜੀ ਰਿਵਰ ਤੇ ਹੈ ਇੰਦਰਾਵਤੀ ਰਿਵਰ ਤੇ ਠੀਕ ਹੈ ਥਰੂ ਮੈਪਸ ਵੀ ਆਪਾਂ ਅੱਗੇ ਜਾ ਕੇ ਕੀ ਹੈ ਡਿਸਕਸ ਕਰਾਂਗੇ ਸਾਰੇ ਡੈਮਸ ਕੋਕਿ ਥਰੂ ਮੈਪਸ ਕੀ ਤੁਹਾਨੂੰ ਕੀ ਜ਼ਿਆਦਾ ਕਲੈਰਿਟੀ ਹੋ ਜਾਏਗੀ ਠੀਕ ਹੈ 오ੜੀਸਾ ਵਿੱਚ ਕੀ ਹੈ ਇੰ जो कि किसी रिवर ते इंद्रावती रिवर हीराकुंड डैम दैट इज महानदी रिवर वेरी इंपॉर्टेंट बहुत वारी पुछा गया हीराकुंड डैम कितने है ओडिशा केवर उ बने हुए है महानदी रिवर के उ महानदी रिवर उड़ा डैम है हीराकुंड डैम ठीक है हीराकुंड डैम महानदी रैजरवायर के उड़ीसा के बाली मेला रेजरवायर है कि रिवर के उ सिलूरी रिवर के उ ठीक है एक रेजरवायर है बाली मेला मेला रैजरवायर सिलूरी रिवर उ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਵਿੱਚ ਕਿਹੜੇ ਕਿਹੜੇ ਡੈਮ ਨੇ ਗੋਵਿੰਦ ਵੱਲਬ ਪੰਚਾਗਰ ਡੈਮ ਥੈਟ ਇਜ਼ ਰਿਹਾਂਦ ਡੈਮ ਦੇ ਨਾਮ ਤੇ ਜਾਣਦੇ ਆ ਕਿਹੜੀ ਰਿਵਰ ਉੱਤੇ ਹੈ ਰਿਹਾਂਦ ਰਿਵਰ ਉੱਤੇ ਵੈਰੀ ਇੰਪੋਰਟੈਂਟ ਇਹ ਵੀ ਬਹੁਤ ਵਧੀਆ ਆਇਆ ਹੋਇਆ ਹੈ ਰਿਹਾਂਦ ਡੈਮ ਜਾਂ ਗੋਵਿੰਦ ਵੱਲਬ ਪੰਚਾਗਰ ਡੈਮ ਕਿੱਥੇ ਹੈ ਕਿਹੜੀ ਰਿਵਰ ਉੱਤੇ ਹੈ ਰਿਹਾਂਦ ਰਿਵਰ ਉੱਤੇ ਹੈਗਾ ਕਿੱਥੇ ਹੈ ਉੱਤਰ ਪ੍ਰਦੇਸ਼ ਵਿੱਚ ਤਿੰਨ ਕੁਐਸਚਨ ਹੁੰਦੇ ਨੇ ਰਿਵਰ ਡੈਮ ਕਿੱਥੇ ਹੈਗਾ ਵੈ ਠੀਕ ਹੈ ਤਿੰਨੇ ਇੰਪੋਰਟੈਂਟ ਹੈ ਡੈਮ ਦੇ ਨਾਲ ਦੇ ਕਿੱਥੇ ਹੈਗਾ ਵੈ ਡੈਮ ਦਾ ਨਾਮ ਕਿਹੜੀ ਰਿਵਰ ਉੱਤੇ ਹੈ रिहान प्रोजेक्ट कित है रिहान रिवर से सोन रिवर उछा जा जाए सोन रिवर उत्ते उड़ा प्रोजेक्ट चल रहा है रिहानद प्रोजेक्ट नाम है कि नाम है प्रोजेक्ट का रिहानद प्रोजेक्ट ठीक है अगला की है उत्तराखंड उत्तराखंड तहरी डैम तहरी डैम कितने बागीरथी रिवर वेरी इंपोर्टेंट एक हीराकुंड डैम तहरी डैम गोविंद वल्लभ पंत सागर डैम वैरी इंपॉर्टेंट कोलीगंगा डैम कि डोली गंगा रिवर के उत्तराखंड के दोनों की बहुत ही ਇੰਪੋਰਟੈਂਟ ਡੈਮਸ ਨੇ ਠੀਕ ਹੈ ਅੱਜ ਜਿੰਨੇ ਵੀ ਡੈਮ ਕਿਤੇ ਨੇ ਬਹੁਤ ਇੰਪੋਰਟੈਂਟ ਨੇ ਆਪਣੇ ਦਿਮਾਗ 'ਚ ਕਦੇ ਵੀ ਸਲਿੱਪ ਨਹੀਂ ਕਰਨੇ ਆ ਡੈਮ ਬਹੁਤ ਵਾਰੀ ਇਹ ਸਾਰੇ ਐਗਜ਼ਾਮਸ ਵਿੱਚ ਬਹੁਤ ਵਾਰ ਪੁੱਛੇਗੇ ਨੇ ਠੀਕ ਹੈ ਡੈਮਸ ਉੱਤੇ ਵੀ ਇੱਕ ਟੈਸਟ ਹੋਏਗਾ ਆਬਜੈਕਟਿਵ ਟਾਈਪ ਕੁਐਸਚਨਸ ਦੇ ਉੱਤੇ ਇੱਕ ਵਾਰ ਇਹ ਕਵਰ ਹੋ ਜੰਨ ਸਾਰੇ ਫਿਰ ਤੁਹਾਡਾ ਕੀ ਇੱਕ ਡਾਂਸ ਦਾ ਡੈਮਸ ਦਾ ਤੇ ਗੇਮਸ ਦਾ ਇਕੱਠਾ ਕੀ ਹੈ ਆਪਾਂ ਟੈਸਟ ਲਵਾਂਗੇ ਜਦੋਂ ਇਹਾਰੇ ਤਿੰਨੋਂ ਟੌਪਿਕਸ ਪੂਰੀ ਚੰਗੀ ਤਰ੍ਹਾਂ ਕਵਰ ਹੋ ਜਾਣਗੇ ਤੁਸੀਂ ਇਹਨਾਂ ਨੂੰ ਕੀ ਹੈ ਹਮੇਸ਼ਾ ਲੈਕਚਰਸ ਨੂੰ ਰਿਵਾਈਜ਼ ਕਰਦੇ ਰਹਿਣਾ ਪੀਡੀਐਫ ਤੋਂ ਪੀਡੀਐਫ ਤਾਂ ਉਹਨੂੰ ਟੈਲੀਗ੍ਰਾਮ ਗਰੁੱਪ ਤੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅੱਜ ਦੀ ਆਪਾਂ ਥੋਟ ਯੈਸ ਇਟਸ ਗੋਇੰਗ ਟੂ ਬੀ ਹਾਰਡ ਬਟ ਇਟਸ ਗੋਇੰਗ ਟੂ ਬੀ ਵਰਥ ਇਟ ਆਪਾਂ ਕੁਝ ਵੀ ਕਰਨ ਜਾ ਰਹੇ ਆ ਪੇਪਰ ਕੱਢਣਾ ਬਹੁਤ ਹਾਰਡ ਹੈ ਬਹੁਤ ਔਖਾ ਹੈ ਬਹੁਤ ਪੜ੍ਹਾਈ ਕਰਨੀ ਪੈਂਦੀ ਹੈ ਜੀਕੇ ਦਾ ਪਤਾ ਹੀ ਨਹੀਂ ਕਿੱਥੋਂ ਆ ਜਾਏ ਕੁਐਸਚਨਸ ਪਤਾ ਹੀ ਨਹੀਂ ਕਿੱਥੋਂ ਆ ਜਾਏ ਪਰ ਜਦੋਂ ਆਪਾਂ ਇਹਨੂੰ ਹਾਸਿਲ ਕਰ ਲਵਾਂਗੇ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ ਉਹਦੀ ਕੀਮਤ ਤੁਹਾਨੂੰ ਖੁਦ ਬਰ ਖੁਦ ਪਤਾ ਲੱਗ ਜਾਏਗੀ ਠੀਕ ਹੈ ਉਹਦੀ ਕੀਮਤ ਬਹੁਤ ਹੋਏਗੀ ਵਾਰਥ ਹੋਏਗਾ ਤੁਹਾਡੇ ਠੀਕ ਹੈ ਤੁਸੀਂ ਮਿਹਨਤ ਨਾਲ ਜੋ ਚੀਜ਼ ਪਾਈ ਇਹਨਾ ਹਾਰਡ ਵਰਕ ਕਰਕੇ ਤੁਹਾਨੂੰ ਹਾਸਿਲ ਹੋਈ ਹੈ ਤੁਹਾਨੂੰ ਉਹਦੀ ਕੀਮਤ ਵੀ ਉਨੀ ਹੀ ਜ਼ਿਆਦਾ ਪਤਾ ਲੱਗੇਗੀ ਠੀਕ ਹੈ ਐਸੀ ਆਪਣਾ ਅੱਜ ਦਾ ਲੈਕਚਰ ਮੈਂ ਉਮੀਦ ਕਰਦੀ ਹਾਂ ਕਿ ਲੈਕਚਰ ਪਸੰਦ ਆਏਗਾ ਜਿੰਨਾ ਪਸੰਦ ਆਇਆ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਤਾਂ ਕਿ ਇਸੇ ਤਰ੍ਹਾਂ ਬਸ ਤੁਹਾਡਾ ਸ਼ੇਅਰ ਤੇ ਤੁਹਾਡੀ ਲਾਈਕ ਇਸ ਤੁਹਾਨੂੰ ਕੀ ਮੋਟੀਵੇਟ ਕਰਦੀ ਹੈ ਸਿਰਫ ਅਸੀਂ ਤੁਹਾਡੇ ਕੋਲ ਇੱਕੋ ਚੀਜ਼ ਦੀ ਡਿਮਾਂਡ ਕਰ ਰਹੇ ਹਾਂ ਲੈਕਚਰ ਨੂੰ ਸ਼ੇਅਰ ਤੇ ਲਾਈਕ ਕਰਨ ਦੀ ਠੀਕ ਹੈ ਤੇ ਮਿਹਨਤ ਕਰਨੀ ਮਿਹਨਤ ਕਰੋ ਤੁਸੀਂ ਆਪਣੇ ਲਈ ਮਿਹਨਤ ਕਰ ਰਹੇ ਹੋ ਆਪਣੇ ਪੇਰੈਂਟਸ ਲਈ ਮਿਹਨਤ ਕਰ ਰਹੇ ਹੋ ਹਾਰਡ ਵਰਕ ਕਰ ਰਹੇ ਹੋ ਇਸੇ ਤਰ੍ਹਾਂ ਮਿਹਨਤ ਕਰਦੇ ਚਲੋ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਆ ਜਦ ਤੱਕ ਤੁਹਾਡਾ ਪੇਪਰ ਨਹੀਂ ਹੋ ਜਾਂਦਾ ਹੁਣ ਆਪਾਂ ਮਿਲਦੇ ਆ ਆਪਣੇ ਨੈਕਸਟ ਲੈਕਚਰ ਦੇ ਵਿੱਚ